ਵੰਡੀ ਵੰਡ ਜ਼ਰੂਰ ਪੜ੍ਹਿਆ ਮੈਂ ਕਿਹਾ ਪਰਮੇਸ਼ੁਰ ਮੇਰੇ ਲਈ ਸੀ ਕੱਲ ਸੀ ਮੈਂ ਤਾਂ ਜਿਸ ਨਾਲ ਅਸੀਂ ਸਟੋਰ 'ਤੇ ਜਾ ਰਹੇ ਸੀ ਕਹਿੰਦਾ ਮੰਮਾ ਥੋੜ੍ਹਾ ਸਮਾਨ ਲੈਣਾ ਮੈਂ ਕਿਹਾ ਚੱਲ ਚੱਜੀਏ ਜਦੋਂ ਅਸੀਂ ਜਮੈਕਾ ਆਪਣੇ ਘਰ ਤੋਂ ਨਿਕਲੇ ਤਾਂ ਜਮੈਕਾ ਹੋਸਪਿਟਲ ਦੇ ਕੋਲੋਂ ਅਸੀਂ ਹਾਈਵੇ 'ਤੇ ਗੱਡੀ ਪਾਈ ਅਤੇ ਅਸੀਂ ਤਾਂ ਸਹੀ ਜਾ ਰਹੇ 20 'ਤੇ ਗੱਡੀ ਸੀ ਸਾਡੀ ਤਾਂ ਪਿੱਛੋਂ ਇੱਕ ਗੱਡੀ ਬਹੁਤ ਤੇਜ਼ ਆਈ ਜਿਹਨੇ ਸਾਨੂੰ ਬਹੁਤ ਜ਼ੋਰ ਨਾਲ ਹਿੱਟ ਕੀਤਾ ਉਸੇ ਟਾਈਮ ਮੈਨੂੰ ਲੱਗਾ ਬਈ ਸਾਨੂੰ ਕੁਛ ਹੋ ਗਿਆ ਪਰ ਅਸੀਂ ਵੀ ਠੀਕ ਸੀ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਅਤੇ ਉਹ ਬ੍ਰਦਰ ਵੀ ਠੀਕ ਸੀ ਜਿਨ੍ਹਾਂ ਨੇ ਸਾਡੇ ਵਿੱਚ ਗੱਡੀ ਮਾਰੀ ਪਰ ਉਹ ਜਦੋਂ ਉਤਰਿਆ ਤਾਂ ਉਹਦੀ ਗੱਡੀ ਪੂਰੀ ਤਰ੍ਹਾਂ ਟੁੱਟ ਗਈ ਪਰ ਸਾਡੀ ਗੱਡੀ ਨੂੰ ਇੱਕ ਵੀ ਝਰੀਰ ਤੱਕ ਨਹੀਂ ਆਈ ਅਸੀਂ ਵੀ ਠੀਕ ਹਾਂ ਧੰਨਵਾਦ ਕਰਦੀ ਹਾਂ ਅਤੇ ਉਹਦਾ ਮੈਂ ਪ੍ਰਭੂ ਦਾ ਧੰਨਵਾਦ ਕੀਤਾ ਕਿ ਪ੍ਰਭੂ ਜੀ ਉਹ ਵੀ ਠੀਕ ਹੈ ਜਿਹਨੇ ਸਾਡੇ ਵਿੱਚ ਗੱਡੀ ਮਾਰੀ ਤਾਂ ਪਰ ਉਹਨੇ ਆਪਣੀ ਗਲਤੀ ਮੰਨ ਲਈ ਵੀ ਗਲਤੀ ਮੇਰੀ ਆ ਫਿਰ ਅਸੀਂ ਪੁਲਿਸ ਨੂੰ ਕਾਲ ਕੀਤੀ ਪੁਲਿਸ ਕਹਿੰਦੀ ਤੁਸੀਂ ਆਪਣੇ ਆਪ ਦੇਖ ਲਓ ਵੀ ਅਸੀਂ ਨਹੀਂ ਆ ਸਕਦੇ ਫਿਰ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਠੀਕ ਆ ਮੈਨੂੰ ਜਿੱਦਾਂ ਤੁਸੀਂ ਕਹੋਗੇ ਅਸੀਂ ਕਿਹਾ ਠੀਕ ਹੈ ਕੋਈ ਨਹੀਂ ਤੂੰ ਆਪਣੀ ਗੱਡੀ ਠੀਕ ਕਰਾ ਲਾ ਕਹਿੰਦਾ ਚਲੋ ਠੀਕ ਹੈ ਮੈਂ ਆਪਣੀ ਗੱਡੀ ਠੀਕ ਕਰਾ ਦੂੰਗਾ ਅਤੇ ਪ੍ਰਭੂ ਦਾ ਧੰਨਵਾਦ ਕਰਦੀ ਕਿ ਉਹਨੇ ਸਾਨੂੰ ਬਚਾਇਆ ਕੱਲ੍ਹ ਥੈਂਕ ਯੂ।